ਉੱਥੇ ਡੇਰਾ ਰੋਡ 'ਤੇ ਉਹਦੇ ਸੰਬੰਧ 'ਚ ਇਨਫੋਰਮੇਸ਼ਨ ਸੀ ਕੋਈ ਸੀਨੀਅਰ ਅਫਸਰ ਕੋਲ ਵੀ ਅਸੀਂ ਵੀ ਚੈੱਕ ਕਰਦੇ ਰਹੇ ਹਾਂ ਉਹਦੇ ਸੰਬੰਧ ਦੇ ਵਿੱਚ ਅਸੀਂ ਗਏ ਸੀ ਕੀ ਇਨਫੋਰਮੇਸ਼ਨ ਕੀ ਸੀ ਵੀ ਇੱਥੇ ਕੋਈ ਇਲੀਗਲ ਕੰਮ ਜਿਸ ਤਰ੍ਹਾਂ ਗੈਰ ਕਾਨੂੰਨੀ ਕੰਮ ਲੜਕੇ ਲੜਕੀਆਂ ਦਾ ਚੱਲਦਾ ਕੋਈ ਆਉਂਦੇ ਨੇ ਤੁਸੀਂ ਗਏ ਰੇਡ ਤੋਂ ਬਾਅਦ ਕੀ ਉੱਥੋਂ ਅਸੀਂ ਦੇਖ ਰਹੇ ਹਾਂ ਲੜਕੇ ਲੜਕੀਆਂ ਨੇ ਅਸੀਂ ਉਹਨਾਂ ਨੂੰ ਵੈਰੀਫਾਈ ਕਰ ਰਹੇ ਹਾਂ ਜੇ ਗਲਤ ਹੋਣਗੇ ਅਸੀਂ ਕਾਰਵਾਈ ਕਰਾਂਗੇ ਜੋ ਵੀ ਕਾਰਵਾਈ ਹੈ ਵੈਰੀਫਾਈ ਹੋਣ ਤੋਂ ਕਰਨ ਤੋਂ ਬਾਅਦ ਹੀ ਕਰਾਂਗੇ ਕਿੰਨੇ ਜੋੜੇ ਪਕੜੇ ਗਏ ਉਸ ਤਾਂ ਦੇ ਕਰੀਬ ਕਰੀਬ 8 ਜੋੜੇ ਹੋਣਗੇ ਪਰ ਵੈਰੀਫਾਈ ਕਰ ਰਹੇ ਹਾਂ ਆਪਣੇ ਆਪਣੇ ਰੂਮ 'ਚ ਸੀ ਸਾਰੇ ਅਸੀਂ ਦੇਖ ਰਹੇ ਹਾਂ ਵੀ ਜਿਹੜੇ ਨੇ ਇਹ ਪ੍ਰੇਮੀ ਜੋੜੇ ਨੇ ਆਪਣੀ ਸਹਿਮਤੀ ਨਾਲ ਦੋਨੋਂ ਆਏ ਨੇ ਜਾਂ ਗਲਤ ਤਰੀਕੇ ਨਾਲ ਕੋਈ ਆਇਆ ਇਹ ਦੇਖ ਰਹੇ ਹਾਂ ਕਿੰਨੀ ਕੁ ਉਮਰ ਦੇ ਹੈਗੇ ਆ ਸਾਰੇ ਉਮਰ ਤੇ ਸਾਰੇ ਬਾਲਗ ਨੇ ਬਾਲਗ ਨੇ